ਕਿੱਥੇ ਪਾਉਣੇ ਨੇ ਦੋ ਤੇ ਸਾਡੇ ਨਾਲ ਸਾਊਂਡ ਇੱਕ ਪੱਕਾ ਲੱਗਦਾ ਹੈ ਇੱਥੇ ਸਾਰੇ ਗੁਰਦੁਆਰਿਆਂ 'ਚ ਉਹੀ ਲੱਗਣਾ ਹੈ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਾਊਂਡ ਲੈ ਆਵਾਂਗੇ ਕਿਉਂਕਿ ਹੁਣ ਸਾਨੂੰ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਆਪ ਕੀ ਬੋਲਦੇ ਆਪਣੀ ਆਵਾਜ਼ ਹੀ ਨਹੀਂ ਆਪ ਨੂੰ ਸੁਣਦੀ ਇਸ ਕਰਕੇ ਉਹ ਸੰਗਤ ਦੇ ਵੀ ਫਿਰ ਪੂਰਾ ਰਸ ਨਹੀਂ ਬਣਦਾ ਸਾਰੇ ਸਿੰਘਾਂ ਦੇ ਮਾਈਕ ਨਹੀਂ ਚੱਲਦੇ ਸਹੀ ਢੰਗ ਨਾਲ ਅਤੇ ਬਾਕੀ ਇੰਤਜ਼ਾਮ ਬਹੁਤ ਸੋਹਣਾ ਪ੍ਰਬੰਧਕਾਂ ਨੇ ਕੀਤਾ ਖੁੱਲ੍ਹਾ ਪੰਡਾਲ ਲਾਇਆ ਹੈ ਪਹਿਲੀ ਬੇਨਤੀ 'ਤੇ ਮੇਰੀ ਵੱਲ ਧਿਆਨ ਦਿਓ ਜਿੰਨਾ ਚਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਅਰਦਾਸਾ ਨਹੀਂ ਨਾ ਹੁੰਦਾ ਉਨ੍ਹਾਂ ਚਿਰ ਕਿਸੇ ਨੂੰ ਉੱਠਣਾ ਨਹੀਂ ਅਰਦਾਸ ਹੁਕਮਨਾਮੇ ਸੁਣ ਕੇ ਜਾਣਾ ਪਹਿਲਾਂ ਨਹੀਂ ਜਾਣਾ ਬਿਲਕੁਲ ਕਾਲ ਨਹੀਂ ਕਰਨੀ ਦੂਸਰੀ ਬੇਨਤੀ ਇਹ ਹੈ ਕਿ ਦੋ ਦੁਆਰ ਜਿਹੜੇ ਹੋਣਗੇ ਉਹਦੇ ਵਿੱਚ ਫਿਰ ਆਪਾਂ ਇਤਿਹਾਸ ਦੀ ਵਿਚਾਰ ਕਰਾਂਗੇ ਕਿਸੇ ਵੀ ਕਿਉਂਕਿ ਅੱਜ ਤਾਂ ਪਹਿਲਾਂ ਹੀ ਦਿਨ ਅੱਛਾ ਪ੍ਰੋਗਰਾਮ ਇੱਥੇ ਚੱਲਦਾ ਰਹਿਣਾ ਅਰਦਾਸ ਅਜੇ ਨਹੀਂ ਹੋਣੀ ਇਹਨਾਂ ਨੇ ਦੱਸਿਆ ਗੁਰਮੁਖਾਂ ਨੇ ਕੀਰਤਨ ਵੀ ਹੋਣਾ ਹੈ ਕਥਾ ਵੀ ਹੋਣੀ ਹੈ ਰਾਤ ਦਾ ਦੀਵਾਨ ਹੈ ਜਿਹੜਾ ਸਤਨ ਰਾਤ ਦਾ ਦੀਵਾਨ ਸਤਨ ਰਾਤ ਦਾ ਦੀਵਾਨ ਹੈ ਤੇ ਉੱਥੇ ਸੰਗਤ ਨੇ ਦਰਸ਼ਨ ਦੇਣੇ ਨੇ ਜਿਹਨਾਂ ਕੋਲ ਸਮਾਂ ਅੱਜ ਰਾਤ ਦਾ ਤੇ ਕੱਲ੍ਹ ਰਾਤ ਦਾ ਦੋ ਦੀਵਾਨ ਉੱਥੇ ਉਦੋਂ ਬਾਅਦ ਪਰਸੋਂ ਤੇ ਚੌਥ ਦੋ ਦਿਨ ਆਪਾਂ ਇੱਥੇ ਦਰਸ਼ਨ ਕਰਨੇ ਨੇ ਤੁਹਾਡੇ ਰਾਤ ਦੇ ਦੀਵਾਨ ਵਿੱਚ ਟਿਕਾਅ ਵੀ ਜ਼ਿਆਦਾ ਹੁੰਦਾ ਹੈ ਇਕਾਗਰਤਾ ਵੀ ਜ਼ਿਆਦਾ ਹੁੰਦੀ ਹੈ ਤੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੇ ਆਪ ਆਉਣਾ ਉੱਥੇ ਹੋਰਨਾਂ ਨੂੰ ਨਾਲ ਲੈ ਕੇ ਆਉਣਾ ਇੱਕ ਬੇਨਤੀ ਹੋਰ ਅੰਮ੍ਰਿਤ ਛਕਣ ਵਾਸਤੇ ਵੀ ਮਨ ਬਣਾਉਣਾ ਪ੍ਰਬੰਧਕਾਂ ਪਾਸ ਨਾਮ ਦਰਜ ਕਰਾਉਣੇ ਨੇ ਬਹੁਤ ਸੁੰਦਰ ਬਿਲਡਿੰਗ ਬਣ ਰਹੀ ਹੈ ਸਾਰੀ ਸੰਗਤ ਡੱਕ ਕੇ ਸਾਥ ਦਿਓ ਪ੍ਰਬੰਧਕਾਂ ਦਾ ਗੁਰਮੁਖਾਂ ਦਾ ਤੁਹਾਡੇ ਬਹਿਣ ਵਾਸਤੇ ਹਾਲ ਬਣ ਰਿਹਾ ਆਪ ਜੀ ਵਾਸਤੇ ਲੰਗਰ ਬਣਨੇ ਨੇ ਆਪਾਂ ਹੀ ਛਕਾ ਛਕਣਾ ਸਾਰੀਆਂ ਸੰਗਤਾਂ ਨੇ ਇੱਥੇ ਜਿੰਨੇ ਸਤਿਗੁਰੂ ਦਾ ਦਰਬਾਰ ਸੋਹਣਾ ਜਿੰਨਾ ਡੱਕ ਕੇ ਇਸ ਪਰ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀਆਂ ਸੇਵਾਵਾਂ ਵਿੱਚ ਆਪਾਂ ਯੋਗਦਾਨ ਪਾਵਾਂਗੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਫਿਰ ਉਨੀ ਹੀ ਬਰਕਤਾਂ ਕਿਰਤਾਂ ਵਿੱਚ ਪੈਣਗੀਆਂ ਅਤੇ ਦੋ ਦੁਆਰ ਜਿਹੜੇ ਹੋਣਗੇ ਖੁੱਲ੍ਹਾ ਸਮਾਂ ਅੱਜ ਟਾਈਮ ਬਹੁਤ ਥੋੜ੍ਹਾ ਮੈਂ ਹਾਜ਼ਰੀ ਭਰ ਸਕਿਆ ਖੁੱਲ੍ਹਾ ਸਮਾਂ ਹੋਏਗਾ ਫਿਰ ਆਪਾਂ ਤੇ ਦੋ ਤਿੰਨ ਘੰਟੇ ਵੀ ਲੱਗ ਜਾਣ ਰਾਤ ਨੂੰ ਕੋਈ ਗੱਲ ਨਹੀਂ ਅਤੇ ਇੱਕ ਹੋਰ ਅਰਜ਼ ਹੈ ਕਿ 6:30 ਵਜੇ ਤੋਂ ਪਹਿਲਾਂ ਪਹਿਲਾਂ ਸੰਗਤ ਨੇ ਆਉਣਾ ਹੈ ਤਾਂ ਜੋ ਰਾਤ ਦਾ ਦੀਵਾਨ ਹੈ ਜਿਹੜਾ 5:30 ਵਜੇ ਸਾਡੇ ਨਾਲ ਰਾਗੀ ਜਥਾ ਜਿਹੜਾ ਆਇਆ ਹੈ ਉਹ ਕੀਰਤਨ ਪਹਿਲਾਂ ਸ਼ੁਰੂ ਕਰ ਲੈਂਦੇ ਨੇ ਘੰਟਾ ਉਹ ਲਾਇਆ ਕਰਨਗੇ ਅਤੇ 6:30 ਤੋਂ 8:30 ਵਜੇ ਤੱਕ 9 ਵਜੇ ਤੱਕ ਦੀਵਾਨ ਚੱਲਿਆ ਕਰੇਗਾ ਸੰਗਤ ਨੂੰ ਬੇਨਤੀ ਹੈ ਪਰਸੋਂ ਅਤੇ ਚੌਥ ਦੋਵੇਂ ਦਿਨ ਪਹੁੰਚਣਾ ਹੈ ਫਿਰ ਆਪਾਂ ਕਿਸੇ ਇਤਿਹਾਸ ਦੀ ਵਿਚਾਰ ਕਰ ਸਕਾਂਗੇ ਇਕਾਗਰਤਾ ਨਾਲ ਸਾਰੀ ਸੰਗਤ ਨੇ ਦਰਸ਼ਨ ਦੇਣੇ ਨੇ ਸਾਰੀ ਸੰਗਤ ਦਾ ਜਿੱਥੇ ਧੰਨਵਾਦ ਹੈ ਉੱਥੇ ਇੱਥੋਂ ਦੀ ਮੈਨੇਜਮੈਂਟ ਸਾਰੀ ਪ੍ਰਬੰਧਕ ਕਮੇਟੀ ਦਾ ਜਿਹੜੇ ਬਹੁਤ ਸੋਹਣਾ ਉਪਰਾਲਾ ਸੰਗਤ ਦੇ ਬੈਠਣ ਦਾ ਪੂਰਾ ਇੰਤਜ਼ਾਮ ਕੀਤਾ ਹੈ ਬਾਕੀ ਤਿਆਰੀਆਂ ਚੱਲ ਰਹੀਆਂ ਨੇ ਛੇਤੀ ਇਹ ਹਾਲ ਕੰਪਲੀਟ ਹੋ ਜਾਣਾ ਸਤਿਗੁਰੂ ਦਾ ਪ੍ਰਕਾਸ਼ ਹੋ ਜਾਏਗਾ ਜਿੰਨੀ ਮਰਜ਼ੀ ਸੰਗਤ ਇਸ ਹਾਲ ਵਿੱਚ ਬੈਠ ਸਕਦੀ ਹੈ ਬਹੁਤ ਸੁੰਦਰ ਇਮਾਰਤ ਬਣ ਰਹੀ ਹੈ ਸੋ ਸਾਰੀ ਸੰਗਤ ਦਾ ਧੰਨਵਾਦ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਤਿਆਰੀਆਂ ਕਰਨੀਆਂ ਨੇ ਪ੍ਰਬੰਧਕਾਂ ਵੱਲੋਂ ਹੁਕਮ ਹੈ ਕਿ ਸਮਾਪਤੀ ਕਰ ਦਿੱਤੀ ਜਾਵੇ ਅਰਦਾਸ ਹੋਏਗੀ ਹੁਕਮਨਾਮੇ ਹੋਣਗੇ ਫਿਰ ਜਾਣਾ ਅਰਦਾਸ ਵਿੱਚ ਸਾਵਧਾਨ ਹੋਣਾ ਸੰਗਤੇ ਆਨੰਦ ਸਾਹਿਬ ਨੂੰ ਬੋਲੋਗਾ ਜੀ ਕਿ ਕੋਈ ਦੱਸਣਾ ਬਾਜੀ ਨਾ ਰਵੇ ਸਾਰੇ ਕਿਰਪਾ ਕਰਕੇ ਆਨੰਦ ਸਾਹਿਬ ਨੂੰ ਬੋਲੋ ਸਜੋ ਜਿੰਨਾ ਚਿਰ ਅਰਦਾਸ ਹੁਕਮਨਾਮੇ ਨਹੀਂ ਹੁੰਦੇ ਉਹਨਾਂ ਚਿਰ ਉੱਠ ਕੇ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਰਾਮ ਕਲੀ ਮਹੱਲਾ ਤੀਜਾ ਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਰੇ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਮਤੀਆਂ ਸਾਹਿਬ ਕਿਆ
Thank you.